मैं नाही प्रभ सब किछ तेरा 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 तेरा। All right.
Oh.
रद्द करती है महाराज ने गुरु ग्रंथ साहब महाराज आप गुरु घर आने आके मत्था टेकते हैं नमस्कार करते हैं क्यों नमस्कार करते हैं एक तो वैसे ही फॉर्मैलिटी करते हैं एक तो आप गुरु घर ही नहीं आते ये जो गुरु घर है जिथे इस वे आप बैठे हाँ गुरु ग्रंथ साहब की हजूरी धन धन शहीद बाबा आनंद लाल जी की याद विच ये गुरु घर स्थापित किया है उन्होंने वसाए अगे जो परिवार है भंडारी परिवार है किस वास्ते ताकि गुरु की गुरबाणी कथा विचार सेवा सिमरन करके ये मनुख अपना समा सुवास सफल कर सके पर हुंदा की है इह को समय नहीं है बैठन का इनू इन्ने क संगल पाए हुए ने माया ने माया कला पैसे तो नहीं कहते भी माया पैसे को कहता ना ये माया के कई रूप ने जड़ माया है अगे चेतन माया है धिया पुत्र घर के होर जिम्मेवार इनू एक मिनट वास्ते भी गुरु नाल जुड़ नहीं दिंदियां तोड़ के रख दियां ने इन माया जगदीश गुसाई तुमरे चरण सारे किंचित प्रीत ना उपर उपजा जन भोजन कहा करे बेचारे कहते किंचित प्रीत इनकी कोई निकी जी थोड़ी जी प्रीत भी नहीं पैदा होती मन में ऐसी माया है ये माया ने सारे जग न मोया हुआ है ये मन चंचला चतराई किने ना पाया चतराई ना पाया किने तू सुन मन मेरिया ये माया मोहनी जिन सब जगत भुलाया ये माया ने मोह लिया इस मनुख नू अपने वल खिंच लिया ते जिधर इनू सुख मिलना सी जिथे इहदा खेड़ा छुड़ जाना सी दुखां तों इहनू तां पता ही नहीं है कड़े कड़े दुख ने इहदियां अखां उदों खुलदियां ने कहे कबीर तवी नर जागे जमका डंड मूल में लागे असी वेखदे आ साडे वेखदिआं वेखदिआं किन्नी दुनिया जा रही है संसार नूं तुरी जा रही है दरिया वगदा ही जा रहा है कोई अज गया कोई कल गया कोई परसों गया कहिंदे मैनूं गल्लां करना गल्लां करदा चलिया गया चाहे बजुर्ग है चाहे बच्चा है चाहे जवान है ਇਹ ਪਿਆਰਿਓ ਕੋਈ ਗਰੰਟੀ ਨਹੀਂ ਹੈ ਵੀ ਇੱਥੇ ਜਵਾਨੀ ਆਊਗੀ ਜਾਂ ਇੱਥੇ ਬੁਢੇਪਾ ਆਊਗਾ ਇਹ ਕਹੇ ਕਿ ਅਜੇ ਤਾਂ ਮੈਂ ਬੱਚਾ ਹਾਂ ਮੈਂ ਫਿਰ ਜਵਾਨ ਹੋਊਂਗਾ ਫਿਰ ਆ ਹੋਊਗਾ ਫਿਰ ਮੈਂ ਬਜ਼ੁਰਗ ਹੋ ਜਾਊਂਗਾ ਫਿਰ ਤੇ 80-90 ਸਾਲ ਮੈਂ ਸੰਸਾਰ ਤੋਂ ਜਾਊਂਗਾ ਕੋਈ ਗਰੰਟੀ ਨਹੀਂ ਹੈ ਮਹਾਰਾਜ ਕਹਿੰਦੇ ਨਹਿ ਬਾਰਕ ਨਹਿ ਜੋਬਨ ਨਹਿ ਬਿਰਧੀ ਕਛ ਬੰਧ ਕੋਈ ਬੰਧਨ ਨਹੀਂ ਹੈ ਉਹ ਬੇੜਾ ਨਹੀਂ ਬੁੱਝੀ ਹੈ ਜੋ ਆਏ ਭਰੇ ਜਮ ਫੰਦ ਜਦੋਂ ਜਮਾਂ ਨੇ ਆ ਕੇ ਫਾਹਾ ਪਾ ਲਿਆ ਦੇ ਗਲ ਚ ਉਸ ਸਮੇਂ ਦਾ ਕਿਸੇ ਨੂੰ ਪਤਾ ਹੀ ਨਹੀਂ ਹੈ ਕਿਉਂ ਮਾਲਕ ਉਹ ਹੈ ਨਾ ਇਸ ਰਚਨਾ ਦਾ ਮਾਲਕ ਪਰਮੇਸ਼ਰ ਹੈ ਬੰਦਾ ਤਾਂ ਮਾਲਕ ਹੈ ਨਹੀਂ ਇਹਦੇ ਤਾਂ ਸਿਰ ਤੇ ਕਾਲ ਉੱਗਦਾ ਕਾਲ ਬਿਆਲ ਉਹ ਕਾਲ ਰੂਪੀ ਸਰਪ ਕਾਲ ਰੂਪੀ ਬਿੱਲਾ ਕਾਲ ਬਿਆਲ ਜੀ ਉੱਪਰ ਉਹ ਡੋਲੈ ਮੁੱਖ ਪਸਾਰੇ ਗੀਤ ਆਜ ਕਾਲ ਹੁਣ ਤੋਹੇ ਗ੍ਰਸ ਹੈ ਸਮਝ ਰੱਖਿਓ ਚੀਤ ਇਹ ਬਾਣੀ ਸੁਣਦਾ ਇਧਰੋਂ ਸੁਣ ਕੇ ਇਧਰੋਂ ਪੜ ਲੈਂਦਾ ਵੀ ਇਹ ਤਾਂ ਹੋਰਾਂ ਵਾਸਤੇ ਹੈ ਮੇਰੇ ਵਾਸਤੇ ਨਹੀਂ ਹੈ ਨਹੀਂ ਗੁਰਬਾਣੀ ਸਾਰੇ ਮਨੁੱਖਾਂ ਵਾਸਤੇ ਸਾਰੇ ਸੰਸਾਰ ਵਾਸਤੇ ਹੈ ਕਿ ਪਿਆਰਿਓ ਸੱਚੀ ਬਾਣੀ ਨੂੰ ਤੁਸੀਂ ਅਪਣਾ ਕੇ ਸਤਸੰਗ ਕਰਕੇ ਆਮ ਅੱਜ ਦਿਹਾੜਾ ਹੈ ਨਾ ਪੂਰਨਮਾਸ਼ੀ ਦਾ ਇਸ ਸਥਾਨ ਦੇ ਉੱਤੇ ਪਿਛਲੇ 7 ਸਾਲਾਂ ਤੋਂ ਬੱਚੇ ਗੁਰਬਾਣੀ ਦਾ ਕੀਰਤਨ ਸਿੱਖ ਰਹੇ ਨੇ ਕੀਰਤਨ ਕਰ ਰਹੇ ਨੇ ਆਸਾ ਦੀ ਵਾਰ ਕਰਦੇ ਨੇ ਖੁੱਲਾ ਕੀਰਤਨ ਕਰਦੇ ਨੇ ਪਿੰਡਾਂ ਚ ਜਾਂਦੇ ਨੇ ਕੋਈ ਕਿਸੇ ਇੱਕ ਵਾਰ ਸਮਾਗਮ ਹੋਵੇ ਗੁਰਬਾਣੀ ਦਾ ਆਨੰਦ ਕਾਰਜ ਹੋਣ ਮਰਗਤ ਦਾ ਭੋਗ ਹੋਵੇ ਹਰ ਤਰ੍ਹਾਂ ਦੀ ਗੁਰਬਾਣੀ ਦਾ ਕੀਰਤਨ ਕਰਦੇ ਨੇ ਉੱਥੇ ਜਾ ਕੇ ਬਖਸ਼ਿਆ ਮਹਾਰਾਜ ਜੀ ਇਹਨਾਂ ਦੇ ਖੁਸ਼ੀਆਂ ਵਰਸ ਰਹੀਆਂ ਗੁਰੂ ਮਹਾਰਾਜ ਦੀਆਂ
क्योंकि गुरु ग्रंथ साहिब च 1430 पन्नियां च किते भी ये लिखिया भी तू जमीना बनाई बहुत भज भज के, तू पैसा इकट्ठा करी बहुत भज भज के, किते नहीं लिखिया होया ऐसा कुछ। एक गल लिखी है नाम जपनी, नाम जपनी सेवा सिमरन करनी, गुरु नाल प्यार पानी तेरा कितने खेड़ा छुड़ जाए, नहीं तो चार वड्डे दुख ने, एक मौत का दुख है इहदे गल च पिया होया, जिहड़ा तां खेड़ा नहीं छड़दा, जम जम मरे मरे फिर जमे, बहुत सजाए पया देश लम्मे, जिस कीता तिसे न जाने अंधा, ਤਾਂ ਦੁੱਖ ਸਹਿ ਪ੍ਰਾਣੀਆਂ। ਇਹ ਗੁਰਬਾਣੀ ਦੇ ਨੇੜੇ ਨਹੀਂ ਆਉਂਦਾ, ਇਹ ਗੁਰਬਾਣੀ ਦੀ ਵਿਚਾਰ ਹੀ ਨਹੀਂ ਸੁਣਦਾ, ਕਿਉਂ? ਸ਼ੀਸ਼ਾ ਹੈ ਨਾ ਗੁਰਬਾਣੀ, ਗੁਰਬਾਣੀ ਸ਼ੀਸ਼ਾ ਹੈ, ਜਦੋਂ ਅਸੀਂ ਸਾਹਮਣੇ ਆਉਂਦੇ ਨਾ ਗੁਰੂ ਦੇ, ਮਾਲਕ ਨੇ ਜਿਉਂ ਕਰ ਨਿਰਮਲ ਆਰਸੀ ਜਗ ਵੇਖਣ ਵਾਲਾ, ਉਹ ਗੁਰੂ ਸ਼ੀਸ਼ਾ ਹੈ, ਇਹਨੂੰ ਦਿਖਾ ਦਿੰਦਾ ਵੀ ਪਿਆਰਿਆ ਆਹ ਤੇਰਾ ਚਰਿੱਤਰ ਹੈ, ਗੁਰੂ ਕੀ ਕਹਿੰਦਾ ਤੇ ਤੂੰ ਕੀ ਬਣਿਆ ਫਿਰਦਾ। ਗੁਰੂ ਇਹਨੂੰ ਸ਼ੀਸ਼ਾ ਦਿਖਾਉਂਦਾ ਤਾਂ ਨਹੀਂ ਇਹ ਗੁਰੂ ਆਉਂਦਾ, ਸਾਹਮਣੇ ਖੜਦਾ ਹੀ ਨਹੀਂ ਹੈ ਗੁਰੂ ਦੇ, ਬਸ ਨੀਵੀ ਜੀ ਪਾ ਕੇ ਮੱਥਾ ਟੇਕ ਕੇ ਪਿੱਛੇ ਹੀ ਮੁੜ ਜਾਂਦਾ ਹੈ, ਲੰਗਰ ਭਾਲਦਾ ਵੀ ਆਹ ਮਿਲਦੇ ਆਹ ਮਿਲਦੇ, ਦਾਤਾਂ ਮਿਲਦੇ ਮੈਨੂੰ, ਮੇਰਾ ਗੁਰੂ ਬਿਮਾਰੀ ਦੂਰ ਕਰਦੇ, ਮੇਰੇ ਬੱਚਿਆਂ ਨੂੰ ਅਮਰੀਕਾ ਕਿਹੜਾ ਭੇਜਦੇ, ਮੇਰਾ ਆਹ ਕੰਮ ਹੋ ਜੇ ਮੈਂ ਕਿਸ ਜਿੱਤ ਜਾਵਾਂ, ਮੈਂ ਆਹ ਹੋ ਜਾ ਆਹ ਹੀ ਭਾਲੀ ਜਾਂਦਾ। ਉਹ ਮਹਾਰਾਜ ਕਹਿੰਦੇ ਸਾਹਮਣੇ ਤਾਂ ਖੜ ਕਰਦਾ, ਸਾਹਮਣੇ ਤਾਂ ਆ, ਜੇ ਕੋ ਸਿੱਖ ਗੁਰੂ ਸਿੱਖੀ ਸਨਮੁਖ ਹੋਵੇ, ਆ ਸਾਹਮਣੇ ਖੜਦਾ ਤੂੰ ਗਲਤਾ ਕਰ, ਤੂੰ ਜਰਬ ਕਰਦਾ, ਤੂੰ ਮੰਗਣ ਦੇ ਲਾਇਕ ਹੈ, ਸਵੇਰ ਸ਼ਾਮ ਕਦੇ ਆਇਆ ਗੁਰੂ ਘਰ, ਦੂਰੋਂ ਧੌਣ ਜੀ ਥੱਲੇ ਨੂੰ ਕਰਕੇ ਲੰਘ ਜਾਂਦਾ, ਇਹ ਕੋਈ ਤੂੰ ਅਹਿਸਾਨ ਕਰਦਾ ਗੁਰੂ ਤੇ, ਤੈਨੂੰ ਗੁਰੂ ਨੇ ਮਨੁੱਖਾ ਜੀਵਨ ਦਿੱਤਾ, ਤੈਨੂੰ ਸਵਾਸ ਸਵਾਸ ਦੀ ਸੰਭਾਲ ਕਰ ਰਹੇ ਨੇ, ਤੈਨੂੰ ਖਾਣ ਨੂੰ, ਤੈਨੂੰ ਪਹਿਨਣ ਨੂੰ, ਤੈਨੂੰ ਰਹਿਣ ਨੂੰ ਮਕਾਨ ਦਿੱਤਾ। ਸਾਧ ਸਿੰਘ ਜੀ ਇਹ ਦਾਤਾਂ ਪਰਮੇਸ਼ਰ ਦੀਆਂ ਨੇ, ਇਹ ਸਾਡੀਆਂ ਨਹੀਂ ਹੈ। ਅਗਮ ਅਗੋਚਰ ਅਲੱਖ ਅਪਾਰਾ, ਚਿੰਤਾ ਕਰੋ ਹਮਾਰੀ, ਜਲ ਥਲ ਮੰਜ਼ਿਲ ਭਰਪੁਰ ਲੀਣਾ, ਘੜ ਘੜ ਜੋਤ ਤੁਮਾਰੀ, ਸਿੱਖ ਮੰਤ ਸਭ ਬੁੱਧ ਤੁਮਾਰੀ, ਮੰਦਰ ਛਾਵਾ ਤੇਰੇ, ਸਭ ਕੁਝ ਪਰਮੇਸ਼ਰ ਦੇ ਨੇ, ਜਦੋਂ ਜੀ ਕਰੇ ਖੋ ਲਵੇ, ਜਦੋਂ ਜੀ ਕਰੇ ਤੇ ਸਵਾਸ ਖਿੱਚ ਲਵੇ, ਚੱਲੋ ਚੱਲੋ ਹੋ ਜਾਂਦੀ, ਰੋਜ਼ ਹੀ ਜਾਂਦੇ ਨੇ। ਅੱਜ ਵੀ ਦੱਸਿਆ ਬਾਬਾ ਜੀ ਨੇ ਕਿ ਨਾਲ ਹੀ ਕੋਈ ਪ੍ਰੇਮੀ ਲੜਾਈ ਕਰ ਗਿਆ, ਇਹ ਅਸੀਂ ਰੋਕ ਨਹੀਂ ਸਕਦੇ। ਮਹਾਰਾਜ ਕਹਿੰਦੇ ਨਾਲ ਘਰ ਦੇ ਸਭ ਦਿਵਸ ਸਾਸ ਨਹੀਂ ਘਟਣ ਵਧਣ ਤਿਲ ਸਾਰ, ਗਿਣ ਕੇ ਸਵਾਸ ਪਾਏ ਨੇ, ਹਾਂ ਜੇ ਸਵਾਸ ਵਧਾਉਣੇ ਨੇ ਵਧਾਏ ਵੀ ਜਾ ਸਕਦੇ ਨੇ। ਬਹੁਤ ਐਸੀਆਂ ਮਿਸਾਲਾਂ ਨੇ, ਥੋੜੀ ਉਮਰ ਸੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਚ ਲੱਗ ਗਏ, ਰਾੜਾ ਸਾਹਿਬ ਵਾਲੇ ਮਹਾਂਪੁਰਸ਼ਾਂ ਕੋਲੇ ਇੱਕ ਬੰਬੇ ਤੋਂ ਡਰਾਈਵਰ ਆ ਗਿਆ, ਉਹਨੂੰ ਟੀਬੀ ਹੋ ਗਈ ਸੀ ਤੀਜੇ ਦਰਜੇ ਦੀ, ਤੇ ਡਾਕਟਰ ਨੇ ਕਹਿਤਾ ਵੀ ਹੁਣ ਤੂੰ ਆਪਣੀ ਘਰ ਜਾ, ਤੇਰੀ ਜ਼ਿੰਦਗੀ ਖਤਮ ਹੈ, ਤੂੰ 10-15 ਦਿਨ ਹੋਰ ਜੀ ਲਏਗਾ, ਤੇਰੇ ਫੇਫੜੇ ਸਾਰੇ ਖਤਮ ਹੋ ਚੁੱਕੇ ਨੇ, ਤੇ ਤੇਰੇ ਸਾਰੇ ਸਰੀਰ 'ਚ ਟੀਬੀ ਫੈਲ ਚੁੱਕੀ ਹੈ, ਤੂੰ ਕੋਈ ਸਿਮਰਨ ਭਜਨ ਕਰਨਾ ਕਰ ਲਾ, ਤੇਰੇ ਅੰਤ ਸਮਾਸ ਤੇਰੇ ਜਲਦੀ ਆ ਜਾਣਾ। ਉਹ ਡਰਾਈਵਰ ਬੰਬੇ ਤੋਂ ਆਇਆ, ਰੇਲ ਗੱਡੀ ਉਤਰਿਆ ਰਾਮਪੁਰ ਦੁਰਾਜੇ ਸਟੇਸ਼ਨ ਤੇ, ਉਹਨੇ ਸੋਚਿਆ ਵੀ ਘਰ ਤਾਂ ਕਾਹਨੂੰ ਜਾਣਾ, ਹੁਣ ਘਰ ਜਾ ਕੇ ਕੀ ਲੈਣਾ, ਸੰਤਾਂ ਕੋਲੇ ਚੱਲਦੇ ਆ ਰਾੜਾ ਸਾਹਿਬ। ਤਾਂ ਉਹ ਸੰਤਾਂ ਦੇ ਸਥਾਨ ਤੇ ਆ ਗਿਆ, ਮੱਥਾ ਟੇਕਿਆ, ਤੇ ਉੱਥੇ ਸੰਤ ਕਹਿੰਦੇ ਭਾਈ ਤੂੰ ਕੀ ਕਰਨ ਵਾਸਤੇ ਆਇਆ? ਕਹਿੰਦਾ ਜੀ ਮੈਨੂੰ ਤੀਜੇ ਦਰਜੇ ਦੀ ਟੀਬੀ ਹੋ ਗਈ, ਡਾਕਟਰ ਨੇ ਸਾਰੇ ਟੈਸਟ ਕੀਤੇ ਨੇ, ਮੇਰੀ ਮੌਤ ਸਿਰ ਤੇ ਖੜੀ ਹੈ, ਤੈਨੂੰ ਮੈਂ 10 ਦਿਨ ਹਾਂ 15 ਦਿਨ ਹਾਂ ਮਹੀਨਾ ਹਾਂ, ਮੈਂ ਸੋਚਿਆ ਵੀ ਜੇ ਮਰਨਾ ਤਾਂ ਸੰਤਾਂ ਦੇ ਸਥਾਨ ਤੇ, ਗੁਰੂ ਦੀ ਹਜ਼ੂਰੀ ਚ ਮਰੀ ਹੈ, ਆਪਾਂ ਉੱਥੇ ਮਰ ਜਾਂਗੇ ਸੇਵਾ ਕਰਦੇ, ਹੈ ਘਰ ਦਾ ਕਾਹਨੂੰ ਮਰਨਾ? ਸੰਤ ਕਹਿੰਦੇ ਗੁਰੂ ਕੋਲੇ ਮਰਨ ਥੋੜਾ ਆਈਦਾ, ਗੁਰੂ ਕੋਲ ਜੀਵਨ ਲੈਣ ਆਈਦਾ। ਕਹਿਣਾ ਕਹੀ ਮੇਰੀ ਤਾਂ ਤੀਜੇ ਦਰਜੇ ਦੀ ਹੈ,
अंतम स्टेज ते पहुंची है टीवी। महापुरुष कहते जीवन देन वाला ते जीवन लैन वाला गुरु है। जे गुरु खुश हो जावे, गुरु दे प्यारे संत महापुरुष खुश हो जान, बचन कर देन, ता जमदूत दी की पाया है उठे के नू लै जावे। जय साधु गोबिंद भजन सा संग बाणी पढ़िया करो, कदे गुरु घर आया था करो प्यार नाल। असी गुरु तो दूर जा रहे हैं फिर सुख भालदे हैं। ऐसा जग देखिया जवारी, सब सुख मांगे सुख सारे मंगदा है ते नाम विसारी। नाम नूं भुल के, गुरु नूं भुल के, सेवा नूं सेवन नूं भुल के कहिंदा मैं सुखी हो जावां, कदे भी नहीं, कदे भी नहीं। चाहे करोड़पति हो जावे, दुनिया दा राजा बन जावे, सारी दुनिया राजा बन जावे, महाराज कहिंदे सुंदर सेज अनेक सुख रस भोगण पूरे। ऐसा कोई होवे सुंदर सेज अनेक सुख रस भोगण पूरे। ग्रह सुगंध चंदन सुगंध ग्रह सोएन, सोने का घर होवे, सोने का घर साढ़े को तीन चार तोले दस तोले आ जाए तो छाल मारते हैं। महाराज कहते सोने का घर बनिया हो, चंदना की सुगंध लगी हो, लाए मोती हीरे जड़े हो, घर च मोती हीरे आप देख नहीं करे, मोती हीरे जड़े हो, मोती हीरे। मन इच्छे सुख मान का कुछ ना ही सूरे, कोई दुख हो भी ना। महाराज कहते मन इच्छे सुख मान का कुछ ना ही सूरे, सो प्रभ चेतना आ गई विष्टा के कीड़े। वह तो गंदगी का कीड़ा है। यह फैसला गुरु ग्रंथ साहब महाराज का, एक से आम मनुख का फैसला नहीं है, राज का फैसला नहीं है। जो दुनिया की दरगाह के मालिक ने उनका फैसला है। असमें ध्यान मार दईए भी साढ़े को हीरे मोती तो अभी को है ही नहीं। मालिक कहते कोई हीरे मोती भी हो, सोने के घर बने हो, कंधा लगी हो, प्लेटा सोने दिया कंधा से लगिया हो, मोती के जड़े हो, ते जे उह रब चेते नहीं है, गुरु चेते नहीं है, बाणी उहनूं भे बसर चुकी है। कहिंदे सो प्रभ चेतना आवई विष्टा के कीड़े। विष्टा कहिंदे ने गंदगी नूं, कहिंदे उह गंदगी दा कीड़ा है। दाता तां परमेश्वर दीआं ने, उहने की कीता, इह तां सोना चांदी इत्थों मिलिया धरती तों, इहनूं इत्थे रहि जाणा। ਇਹ ਧਰਤੀ ਭਰੀ ਪਈ ਹੈ ਸੋਨੇ ਚਾਂਦੀ ਹਰੇਕ ਪਦਾਰਥ ਨਾਲ, ਇਹਦੇ ਵਿੱਚ ਬੜਾ ਕੁਛ ਹੈ, ਤਾਂਬਾ ਪਿੱਤਲ ਤੇਲ ਗੈਸਾਂ ਬੜੇ ਕੀ ਕੁਛ ਰੱਖਿਆ ਮਹਾਰਾਜ ਨੇ। ਇਹ ਤਾਂ ਸਾਡੇ ਵਰਤਣ ਵਾਸਤੇ ਹੈ। ਅਸੀਂ ਕੀ ਕੀਤਾ, ਖਾ ਖਾ ਕੇ ਖਾਏ ਖਾਏ ਕਰੇ ਬਲ ਫੈਲੀ, ਜੜ ਆਪਣੀ ਆਪ ਉਪਾੜੀ, ਆਪਣੀ ਜੜ ਅਸੀਂ ਆਪ ਹੀ ਪੁੱਟ ਲਈ। ਦਾਤਾ ਪਰਮੇਸ਼ਰ ਦੀਆਂ ਖਾ ਖਾ ਕੇ ਯਾਦ ਕੀਤਾ ਨਹੀਂ, ਤੇ ਮਹਾਰਾਜ ਕਹਿੰਦੇ ਫਿਰ ਕੀ ਹੁੰਦਾ ਉਹ। ਉਹ ਕਹਿੰਦੇ ਅਹਿਸਾਨ ਪਰਾਮੋਸ਼ ਹੁੰਦਾ, ਉਹ ਅਹਿਸਾਨ ਪਰਾਮੋਸ਼ ਹੁੰਦਾ। ਓਹੋ ਉਹਨੂੰ ਤਾਂ ਮਹਾਰਾਜ ਨੇ ਕਿਹਾ ਜਿਹੜਾ ਖਾਂਦਾ ਹੈ ਉਹ ਤਾਂ ਚੋਰ ਹੈ ਰੱਬ ਦਾ, ਖਾ ਕੇ ਨਾਮ ਨਹੀਂ ਜਪਦਾ, ਸੇਵਾ ਨਹੀਂ ਕਰਦਾ, ਕਿਸੇ ਦਾ ਭਲਾ ਨਹੀਂ ਕਰਦਾ, ਗੁਰੂ ਘਰ ਨਹੀਂ ਆਉਂਦਾ, ਉਹ ਤਾਂ ਚੋਰ ਹੈ, ਉਹ ਤਾਂ ਸਭ ਤੋਂ ਗਿਰਿਆ ਹੋਇਆ ਹੈ। ਇਹ ਤਾਂ ਉਹਨਾਂ ਦੇ ਬਖਸ਼ਿਆ ਦੇ ਗੁਰੂ ਕੇ ਪਿਆਰੇ ਥੋੜੇ ਹੋਣ, ਚਾਹੇ ਦਸ ਜਾਣੇ ਆਉਣ ਬੈਠਣ ਗੁਰੂ ਦੀ ਹਜ਼ੂਰੀ ਵਿੱਚ ਬਹਿ ਕੇ ਹਰੀ ਜਸ ਕਰਨ, ਕੀਰਤਨ ਸੁਣਨ, ਕੀਰਤਨ ਕਰਨ, ਸੇਵਾ ਕਰਨ, ਉਹ ਨਾਮ ਧਨ ਇਕੱਠਾ ਕਰ ਦਿੰਦੇ ਨੇ। ਉਹ ਤੇ ਸੰਸਾਰ ਕਿੱਥੇ ਲੱਗਿਆ ਹੋਇਆ, ਕੱਚਾ ਧਨ ਇਕੱਠਾ ਕਰਨ ਵਾਸਤੇ, ਕੱਚਾ ਧਨ ਇਕੱਠਾ ਕਰਨ ਵਾਸਤੇ। ਇਹਨੂੰ ਪਤਾ ਹੀ ਨਹੀਂ ਹੈ ਸੁੱਖ ਕਿੱਥੇ ਹੈ। ਉਹ ਸੁੱਖ ਤਾਂ ਜਿੱਥੋਂ ਸੁੱਖ ਲੱਭਣਾ ਉੱਥੇ ਹੈ, ਤੂੰ ਕਿਹੜੇ ਪਾਸੇ ਲੱਗਿਆ ਹੋਇਆ। ਇੱਕ ਕਥਾ ਆਉਂਦੀ ਹੈ ਰੋਮਾਨੀ ਦੇ ਵਿੱਚ, ਉਹ ਦ੍ਰਿਸ਼ਟਾਂਤ ਹੈ, ਸਮਝ ਆ ਜਾਂਦੀ ਹੈ ਗੱਲ। ਇੱਕ ਰਾਜੇ ਦੀ ਲੜਕੀ ਰਾਜਕੁਮਾਰੀ ਆਪਣੀਆਂ ਸਹੇਲੀਆਂ ਨਾਲ ਜੰਗਲ ਜਾਂਦੀ ਹੈ, ਘੋੜੇ ਤੇ ਜੰਗਲ ਚ ਘੁੰਮਦੀ ਫਿਰਦੀ ਹੈ, ਦਰਿਆ ਤੇ ਇਸ਼ਨਾਨ ਕਰਦੀ ਹੈ, ਸਹੇਲੀਆਂ ਨਾਲ ਇਸ਼ਨਾਨ ਕਰਦੀ ਹੈ, ਰੋਜ਼ ਦਾ ਉਹਦਾ ਇਹੀ ਕੰਮ ਹੈ। ਤਾਂ ਇੱਕ ਦਿਨ ਜਦੋਂ ਘਰ ਵਾਪਸ ਆਈ, ਦੇਖਿਆ ਉਹਦਾ ਜਿਹਾ ਗਲ ਚ ਹੀਰਿਆਂ ਦਾ ਹਾਰ ਸੀ, ਉਹ ਗੁੰਮ ਹੋ ਗਿਆ।
ਦੱਸਿਆ ਰਾਜੇ ਨੂੰ ਕਿ ਮੇਰਾ ਹੀਰਿਆਂ ਦਾ ਹਾਰ 9 ਲੱਖਾਂ ਹਾਰ ਜੰਗਲ 'ਚ ਕਿਤੇ ਗਿਰ ਗਿਆ ਜਾਂ ਗੁੰਮ ਹੋ ਗਿਆ। ਬਹੁਤ ਸੋਚੀ ਪੈ ਗਈ, ਬਹੁਤ ਮਹਿੰਗਾ ਕੀਮਤੀ ਹਾਰ ਸੀ। ਰਾਜਾ ਵੀ ਸੋਚੀ ਪੈ ਗਿਆ ਵੀ ਇਹ ਤਾਂ ਬਹੁਤ ਕੀਮਤੀ ਹਾਰ ਸੀ, ਲੱਭਣਾ ਚਾਹੀਦਾ। ਰਾਜੇ ਨੇ ਬਨਾਤੀ ਕਰਾ ਕੇ ਆਪਣੇ ਰਾਜ ਵਿੱਚ ਵੀ ਰਾਜਕੁਮਾਰੀ ਦਾ ਹਾਰ ਗੁਆ ਗਿਆ ਕਿਤੇ ਜੰਗਲ ਵਿੱਚ, ਤੇ ਕੋਈ ਲੱਭ ਕੇ ਲੈ ਕੇ ਆਵੇ ਜਾਂ ਦੱਸ ਪਾਵੇ ਉਹਨੂੰ ਮੂੰਹ ਮੰਗਿਆ ਨਾ। ਸਾਹਿਬ ਜੀ ਇਹ ਜੋ ਅੱਜ ਦਾ ਦੀਵਾਨ ਹੈ, ਮੈਂ ਬੇਨਤੀ ਕਰਦੇ ਹਾਂ ਹਰ ਪੂਰਨਮਾਸ਼ ਨੂੰ ਲੱਗਿਆ ਕਰਨਾ, ਹਰ ਪੂਰਨਮਾਸ਼ ਨੂੰ ਇਸ ਗੁਰੂ ਘਰ ਵਿਖੇ ਅਕੈਡਮੀ ਦੇ ਜੱਥੇ ਕੀਰਤਨ ਕਰਿਆ ਕਰਨਗੇ, ਉਪਰੰਤ ਦਾਸ ਕੀਰਤਨ ਵਿਖਿਆਨ ਕਰਿਆ ਕਰੇਗਾ। ਮਹਾਂਪੁਰਸ਼ਾਂ ਦੀ ਗੁਰੂ ਦੀ ਕਿਰਪਾ ਮੇਰ ਸਦਕਾ, ਉਹਨਾਂ ਦੇ ਹੁਕਮ ਵਿੱਚ ਉਹਨਾਂ ਦੀ ਫੇਟਾਂ ਸਦਕਾ ਸਦਕਾ ਜਿਹੜੀਆਂ ਸੰਗਤਾਂ ਲਾਹਾ ਲੈਣਗੀਆਂ, ਇਹ ਐ ਸਮਝ ਲਓ ਵੀ ਵੱਡੇ ਭਾਗਾਂ ਦੀ ਗੱਲ ਹੋਊ। ਹੁਣ ਅਸੀਂ ਦੇਖਿਆ ਹੈ ਵਿਦੇਸ਼ਾਂ ਵਿੱਚ ਦਾਸ, ਕੈਨੇਡਾ, ਅਮਰੀਕਾ, ਇੰਗਲੈਂਡ, ਆਸਟ੍ਰੇਲੀਆ, ਕਿੱਥੇ ਕਿੱਥੇ ਜੀ ਗਿਆ। ਬੜੇ ਵੱਡੇ ਵੱਡੇ ਗੁਰੂ ਘਰ ਨੇ, ਬੜੇ ਵੱਡੇ ਮਹਿੰਗੇ ਮਹਿੰਗੇ ਕੁਲੀਨ ਵਿਸ਼ੇ ਨੇ, ਮਹਿੰਗੇ ਮਹਿੰਗੇ ਉੱਥੇ ਪੱਖੇ ਲੱਗੇ ਨੇ, ਬੜਾ ਕੁਛ ਹੈ। ਪਰ ਉਹ ਤਾਂ ਸੁਹਾਵੇ ਨੇ ਜੇ ਉੱਥੇ ਬਹਿ ਕੇ ਰੱਬ ਦੀ ਗੱਲ ਕੀਤੀ ਜਾਵੇ, ਜੇ ਉੱਥੇ ਬਹਿ ਕੇ ਸਤਸੰਗ ਕੀਤਾ ਜਾਵੇ, ਜੇ ਉੱਥੇ ਬਹਿ ਕੇ ਦਰਗਾਹ ਦੀਆਂ ਪਰਮੇਸ਼ਰ ਦੀਆਂ ਸੱਚ ਦੀਆਂ ਵਿਚਾਰਾਂ ਹੋਣ, ਏਮ ਆਫ ਲਾਈਫ ਦੀਆਂ ਵਿਚਾਰਾਂ ਹੋਣ, ਮਨੁੱਖਾ ਜਨਮ ਦੀਆਂ ਵਿਚਾਰਾਂ ਹੋਣ। ਨਹੀਂ ਤਾਂ ਬੰਦਾ ਤਾਂ ਹਰ ਵੇਲੇ ਗੱਲਾਂ ਕਰਦਾ, ਦਰਵਾਜ਼ਿਆਂ 'ਤੇ ਲੋਕੀ ਬੈਠੇ ਹੁੰਦੇ ਨੇ, ਗੱਲਾਂ ਕਰੀਆਂ, ਸਵੇਰ ਅਖਬਾਰ ਪੜ੍ਹਦੇ ਨੇ, ਸਾਰੀਆਂ ਖਬਰਾਂ ਪੜ੍ਹ ਪੜ੍ਹ ਕੇ, ਉਹਨੂੰ ਮਾੜਾ, ਉਹਨੂੰ ਮਾੜਾ, ਉਹ ਚੰਗਾ, ਉਹ ਹੈ, ਉਹ ਸਭ ਕਰੀ ਜਾਂਦੇ। ਬੜਾ ਕੁਛ ਹੈ ਇੱਥੇ ਰੱਬ ਤੋਂ ਉਰੇ ਉਰੇ ਬਹੁਤ ਕੁਛ ਹੈ ਮਾਇਆ ਦਾ, ਬੜੀਆਂ ਇੱਥੇ ਪਰਿਵਾਰਾਂ ਦੀਆਂ ਗੱਲਾਂ, ਸ਼ਾਦੀਆਂ ਦੀ ਗੱਲਾਂ, ਉਹਦਾ ਵਿਆਹ ਹੋ ਗਿਆ, ਉਹਦਾ ਵਿਆਹ ਟੁੱਟ ਗਿਆ, ਉੱਥੇ ਐਂ ਹੋ ਗਿਆ, ਉੱਥੇ ਅੰਦੋਲਨ ਹੋ ਗਿਆ, ਉੱਥੇ ਐਂ ਕੁਛ ਡੰਡੇ ਮਾਰਦੇ, ਬਹੁਤ ਕੁਛ ਹੁੰਦਾ, ਸਭ ਕੁਛ ਮਾਇਆ ਦੇ ਵਿੱਚ ਹੈ। ਪਰ ਸਭ ਤੋਂ ਅਖੀਰ ਜੋ ਹੈ, ਅੰਤਿਮ ਸੱਚ ਹੈ, ਫਾਈਨਲ ਟਰੁੱਥ ਹੈ, ਉਹ ਹੈ ਵੀ ਭਾਈ ਤੂੰ ਨਾਮ ਕਿੰਨਾ ਕੁ ਜਪਿਆ ਸੰਸਾਰ ਤੇ ਆ ਕੇ, ਬੜਾ ਕੁਛ ਕੀਤਾ ਤੂੰ, ਆਪਣੇ ਹੱਕਾਂ ਵਾਸਤੇ ਲੜਦਾ ਰਿਹਾ, ਠੀਕ ਹੈ, ਲੜਨਾ ਚਾਹੀਦਾ ਹੈ, ਪਰ ਤੇਰੇ ਅੰਦਰ ਸੱਚ ਕਿੰਨਾ ਕੁ ਆਇਆ। ਆਹ ਦੇਖ ਲਓ ਹੁਣ ਕਹਿੰਦੇ ਸੀ ਅਸੀਂ ਐਂ ਕਰਦਾ ਵੀ ਜੋ ਕਰਦਾ ਵੀ ਹੁਣ ਪਤਾ ਲੱਗ ਰਿਹਾ ਵੀ ਕਹਿੰਦਾ ਉਹ ਗਰਾਲ ਹੋ ਗਿਆ, ਹੁਣ ਉਹ ਗਰਾਲ ਹੋ ਗਿਆ, ਉਹ ਧੋਖਾ ਦੇ ਗਿਆ, ਉਹ ਧੋਖਾ ਦੇ ਗਿਆ, ਲੱਗਦਾ ਪਤਾ ਕੁਛ ਜ਼ਬਾਨ ਤੇ ਕੁਛ ਹੋਰ, ਅੰਦਰ ਕੁਛ ਹੋਰ, ਉਹ ਸੱਚ ਨਹੀਂ ਹੈ। ਗੁਰੂ ਘਰ ਆ ਕੇ ਸੇਵਾ ਸਿਮਰਨ ਕਦੇ ਅੰਦਰ ਸੱਚ ਪੈਦਾ ਹੋ ਜਾਵੇ, ਫਿਰ ਉਹਨੂੰ ਜਿੱਥੇ ਬਾਜੀ ਖੜਾ ਲਓ, ਚਾਹੇ ਧਰਨੇ ਦਿਲਾ ਦਿਓ, ਚਾਹੇ ਅੰਦੋਲਨ ਦਿਲਾ ਦਿਓ, ਉਹ ਸੱਚੀ ਗੱਲ ਕਰੂਗਾ, ਪਿੱਛੇ ਨਹੀਂ ਕਦੇ ਹਟੂਗਾ। ਨਾ ਉਹਦੇ ਕੋਈ ਪੈਸਾ ਅਸਰ ਕਰੇ, ਨਾ ਉਹਦੇ ਕੋਈ ਅਹੁਦੇ ਅਸਰ ਕਰਨ, ਨਾ ਉਹਦੇ ਕੋਈ ਡਰ ਅਸਰ ਕਰੇ ਕਿਸੇ ਚੀਜ਼ ਦਾ। ਬੜਾ ਕੁਛ ਹੈ ਸਾਧ ਸਿੰਘ ਜੀ, ਤੋ ਇਹ ਤਾਂ ਸੰਗਤ ਵਿੱਚੋਂ ਮੁੜ ਪ੍ਰਾਪਤ ਹੋਇਆ ਕਰਦੇ ਨੇ। ਜਿਹੜੀ ਗੁਰੂ ਕੀ ਸੰਗਤ ਹੈ, ਗੁਰੂ ਜੀ ਦੀ ਹਜ਼ੂਰੀ ਵਿੱਚ ਗੁਰਮੁਖਾਂ ਦੀ ਸੰਗਤ ਨਾਲ ਮਿਲ ਕੇ ਗੁਣ ਲੱਭਿਆ ਕਰਦੇ, ਸੰਗਤ ਵਿੱਚੋਂ ਸੰਗਤ 'ਚ ਆ ਕੇ ਬੈਠ ਕੇ ਦ੍ਰਿਸ਼ਟੀ ਹੋਇਆ ਕਰਦੀ ਹੈ। ਬੈਠਾ ਸਪੀਕਰ ਲੱਗੇ ਹੋਏ ਨੇ, ਕਹਿੰਦਾ ਮੈਂ ਤਾਂ ਘਰੇ ਬਹਿ ਕੇ ਸੁਣ ਲੂੰਗਾ, ਸਪੀਕਰ ਦੀ ਆਵਾਜ਼ ਆ ਰਹੀ ਹੈ। ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਆ ਕੇ ਬੈਠਣਾ, ਸਾਹਮਣੇ ਬੈਠਣਾ, ਜੇ ਕੋਈ ਸਿੱਖ ਪੁਰਸ਼ ਦੀ ਸਰਮਤ ਹੋਵੇ ਸਾਹਮਣੇ ਆ ਕੇ ਬੈਠੇ, ਦ੍ਰਿਸ਼ਟੀ ਪੈਂਦੀ ਹੈ ਉਹਦੇ 'ਤੇ ਗੁਰੂ ਦੀ। ਇਹ ਮਨੁੱਖ ਹੋਰ ਹੀ ਪਾਸੇ ਚੱਲਿਆ ਹੋਇਆ, ਬੜੀ ਮੁਸ਼ਕਲ ਨਾਲ ਰੋਕ ਰੋਕ ਕੇ, ਰੋਕ ਰੋਕ ਕੇ ਲੈ ਕੇ ਆਉਣਾ ਪੈਂਦਾ। ਉਹਨੂੰ ਬੜੇ ਪਿਆਰ ਨਾਲ, ਉਹ ਕਹਿੰਦੇ ਉੱਥੇ ਲੰਗਰ ਚੱਲਦਾ, ਉਹ ਇੱਥੇ ਪੱਖੇ ਚੱਲਦੇ, ਦਰੀਆਂ ਵਿਛੀਆਂ ਪਈਆਂ ਨੇ, ਤੈਨੂੰ ਸਭ ਕੁਛ ਮਿਲੂਗਾ, ਆ ਜਾ ਤੂੰ, ਆ ਜਾ ਗੁਰੂ ਘਰ, ਆ ਜਾ, ਫੇਰ ਨਹੀਂ ਆਉਂਦਾ। ਇਹ ਮਾਇਆ ਦਾ ਅਸਰ ਹੈ ਸਾਧ ਸਿੰਘ ਜੀ। ਕਲਯੁਗ ਵਿੱਚ ਸਤਸੰਗ ਨਹੀਂ ਲੱਭਣਾ, ਹੋਰ ਸਭ ਕੁਛ ਲੱਭ ਜੂਗਾ, ਮੇਲੇ ਮਿਲ ਜਾਣਗੇ, ਇਕੱਠ ਮਿਲ ਜਾਣਗੇ, ਡਰਾਮੇ ਮਿਲ ਜਾਣਗੇ, ਬੜਾ ਕੁਛ ਮਿਲ ਜੂਗਾ, ਸਿਨੇਮੇ ਟੀਵੀ ਲੱਗਿਆ ਹੋਰ ਇਕੱਠ ਬੰਦ ਹੀ ਨਹੀਂ ਹੁੰਦਾ। ਸੱਤ 800 ਚੈਨਲ ਨੇ, ਉਹਨੂੰ ਦੱਬ ਲਿਆ, ਉਹਨੂੰ ਦੱਬ ਲਿਆ, ਉਹਨੂੰ ਦੱਬ ਲਿਆ, ਉੱਥੇ ਦੱਬ ਲਿਆ, ਉਹਦਾ ਕਦੇ ਖਤਮ ਨਹੀਂ ਹੁੰਦੀ। ਸਤਸੰਗ ਨਹੀਂ ਮਿਲੂ ਕਦੇ, ਸਤਸੰਗ ਮਿਲੂਗਾ ਭਾਗਾਂ ਵਾਲਿਆਂ ਨੂੰ। ਔਰ ਵੱਡੀ ਗੱਲ ਹੈ, ਕਬੀਰ ਸਾਹਿਬ ਕਹਿੰਦੇ ਇੱਕ ਨਗਰ ਵਿੱਚ ਆਕਰ ਘੜੂਆ ਨਗਰ, ਕਿੱਡਾ ਉਹਦਾ ਨਗਰ ਹੈ, ਕਹਿੰਦੇ ਇੱਕ ਨਗਰ 'ਚ ਇੱਕ ਹੀ ਹੋਵੇ ਨਾਮ ਜਪਣ ਵਾਲਾ, ਚਾਹੇ ਇੱਕ ਹੀ ਹੋਵੇ ਨਾਮ ਜਪਣ ਵਾਲਾ, ਉਹੀ ਸਾਰੇ ਨਗਰ ਦੇ ਪਾਪ ਖਤਮ ਕਰ ਸਕਦਾ ਹੈ। ਉਹ ਕਬੀਰ ਸਾਹਿਬ ਕਹਿੰਦੇ ਵੀ ਜਿਹਦੇ ਮੁੱਖ ਚੋਂ
नाम राम निकलता है। ओ देही किसकी बबरी पवित्र हुए गो ग्राम, कबीर सो मुख धन है जय मुख निकसै राम, देही किसकी बबरी पवित्र हुए गो ग्राम। ओ मुख धन है कहते जिहड़ा वाहिगुरू वाहिगुरू जपदा है, राम राम जपदा है, अल्लाह अल्लाह जपदा है, हरी हरी जपदा है। किसी धर्म की गल नहीं, कोई गुरु ग्रंथ साहिब च अल्लाह की गल भी है, राम की गल भी है, हरी की गल भी है, वाहिगुरू की गल भी है। सारे संसार का जे गुरु हो सकते ने तो गुरु ग्रंथ साहिब ने, सारे संसार का एक धर्म हो सकता तो वह सिख धर्म है जिहड़ा सारे नूं कलाम कहिंदा है। अज असीं तां छड्डे नहीं गुरबाणी पढ़नी, ਇੱਦਾਂ ਬਹੁਤ ਪੜ੍ਹ ਲਏ ਸਿਆਣੇ ਹੋ ਗਏ ਸਾਡੇ ਤੋਂ, ਚਾਰ ਪੈਸੇ ਆ ਗਏ, ਜਾ ਕੇ ਦੇਖੋ ਇਹ ਗੋਰੇ ਸਿੱਖ ਬਣੇ ਹੋਏ ਨੇ, ਕਾਲੇ ਸਿੱਖ ਬਣੇ ਹੋਏ ਨੇ। ਦਾਸ ਅਫਰੀਕਾ ਗਿਆ, ਨੈਰੋਬੀ ਗਿਆ, ਯੁਗੰਡਾ ਗਿਆ, ਉੱਥੇ ਕਾਲਿਆਂ ਨੇ ਕਾਲੇ ਕੇਸ ਰੱਖ ਕੇ ਪੱਗਾਂ ਬੰਨੀਆਂ ਹੋਈਆਂ, ਗੁਰੂ ਘਰ ਆ ਕੇ ਸੇਵਾ ਕਰਦੇ ਨੇ। ਸੋਚੀ ਆ ਗਈ ਭਾਗ ਜਾਣ ਕੇ, ਅਸੀਂ ਕਹਿੰਦੇ ਸਾਡੇ ਭਾਗ ਜਾਪ ਕੇ ਮੇਰੇ ਇੱਕ ਜ਼ਮੀਨ ਬਣ ਗਏ, ਇਹ ਭਾਗ ਨਹੀਂ ਦਾ ਜਿਹੜਾ ਮਾਇਆ ਨੇ ਜੱਫਾ ਪਾ ਲਿਆ ਤੈਨੂੰ, ਕਹਿੰਦਾ ਮੇਰੇ ਇੱਕ ਏਕੜ ਹੋ ਗਈ ਬੰਦੇ ਗੁਰੂ ਨੇ ਕਿਰਪਾ ਕਰਤੀ। ਉਹ ਇਹ ਕਿਰਪਾ ਨਹੀਂ ਹੈ ਗੁਰੂ ਦੀ, ਗੁਰੂ ਦੀ ਇਹ ਤਾਂ ਮਾਇਆ ਹੈ, ਤੇਰੇ ਕਰਮ ਨੇ ਤੂੰ ਮਿਲਣੇ ਹੀ ਮਿਲਣੇ ਨੇ। ਕਿਰਪਾ ਤਾਂ ਗੁਰੂ ਦੀ ਉਧਰ ਕਹਿੰਦੀ, ਜਿੱਦਾਂ ਸਵੇਰੇ ਅੰਮ੍ਰਿਤ ਵੇਲੇ 2:30-3 ਵਜੇ ਉੱਠ ਕੇ ਇਸ਼ਨਾਨ ਕਰਕੇ ਚੌਂਕੜੀ ਮਾਰ ਕੇ ਬੈਠੇਗਾ ਨਾ, ਵਾਹਿਗੁਰੂ ਵੱਲ ਰਾਮ ਰਾਮ ਕਰੇਗਾ, ਅੰਮ੍ਰਿਤ ਛਕ ਲਵੇਗਾ, ਗੁਰੂ ਵਾਲਾ ਬਣ ਜਾਵੇਗਾ, ਫਿਰ ਕਹਿ ਸਕਦਾ ਉੱਥੇ ਕਿਰਪਾ ਗੁਰੂ ਦੀ। ਐਵੇਂ ਨਾ ਤੂੰ ਕਹਿ ਖੜ ਖੜ ਕੇ ਲੋਕਾਂ ਵਿੱਚ ਕਿਤੇ ਕਿਰਪਾ ਕਰਤੀ, ਮੇਰਾ ਆਹ ਹੋ ਗਿਆ, ਮੈਂ BR ਲੱਗ ਗਿਆ, ਮੇਰਾ BR ਲੱਗ ਗਿਆ, ਮੈਨੂੰ ਉਹ ਹੋ ਗਿਆ ਨਾ, ਠੀਕ ਹੈ ਦਾਤਾ ਨੇ ਪਰਮੇਸ਼ਰ ਦੇ, ਤੂੰ ਜਿੱਥੇ ਰਹਿ ਕਨੇਡਾ ਰਹਿ ਅਮਰੀਕਾ ਰਹਿ ਇੱਥੇ ਰਹਿ ਕਿਤੇ ਰਹਿ, ਪਰ ਜੋ ਸਾਡੇ ਗੁਰੂ ਮਹਾਰਾਜ ਕਹਿੰਦੇ ਨੇ ਸਾਨੂੰ ਉਹ ਤੂੰ ਜੁੜਿਆ ਰਹਿ ਗੁਰਬਾਣੀ ਨਾਲ, ਗੁਰੂ ਸ਼ਬਦ ਨਾਲ ਜੁੜਿਆ ਰਹਿ ਤਾਂ ਤੈਨੂੰ ਸੁੱਖ ਮਿਲੂਗਾ। ਤਾਂ ਉਹ ਰਾਜਕੁਮਾਰੀ ਦਾ ਹਾਰ ਗਵਾ ਗਿਆ, ਰਾਜੇ ਨੇ ਮਨਾਦੀ ਕਰਤੀ, ਲੋਕ ਲੱਭਣ ਲੱਗ ਗਏ ਜੰਗਲ ਚ, ਲੱਭਿਆ ਨੀ ਕਿਸੇ ਨੂੰ, ਲੱਭਿਆ ਨੀ। ਤਾਂ ਕਈ ਦਿਨਾਂ ਬਾਅਦ ਇੱਕ ਉੱਥੇ ਲੱਕੜਾਂ ਵੱਢਦਾ ਸੀ ਗਰੀਬ ਬੰਦਾ, ਉਹ ਲੱਕੜਾਂ ਵੱਢ ਰਿਹਾ ਤੇ ਉਹਨੂੰ ਪਿਆਸ ਲੱਗੀ, ਉਹ ਦਰਿਆ ਦੇ ਪਾਣੀ ਪੀਣ ਵਾਸਤੇ ਗਿਆ, ਜੋ ਨੀਵਾਂ ਹੋ ਕੇ ਝੁਕਿਆ, ਪਾਣੀ ਨਿਤਰਿਆ ਹੋਇਆ ਪਾਣੀ ਸੀ, ਸਾਫ਼ ਪਾਣੀ ਸੀ ਵਗਦਾ, ਉਹਨੂੰ ਦੇਖਿਆ ਅਚਾਨਕ ਪਾਣੀ ਵਿੱਚ, ਕਹਿੰਦਾ ਹਾਰ ਪਿਆ ਤਾਂ ਚਮਕ ਰਿਹਾ ਪਾਣੀ, ਖੁਸ਼ ਹੋ ਗਿਆ ਵੀ ਤਾਂ ਰਾਣੀ ਦਾ ਹਾਰ ਹੈ, ਆਪਣੀ ਗਰੀਬੀ ਚੱਕੀ ਜਾਊਗੀ ਹੁਣ। ਉਹ ਦਰਿਆ ਚ ਵੜਿਆ, ਜਿੱਥੇ ਹਾਰ ਦਿੱਤਾ ਸੀ ਉਹਨੇ ਟੁੱਬੀ ਮਾਰੀ, ਉੱਥੇ ਹੱਥ ਮਾਰਿਆ, ਦਿੱਤਾ ਹੱਥ ਛਾਇਆ, ਫਿਰ ਗਿਆ, ਫਿਰ ਬਾਹਰ ਨਿਕਲਿਆ, ਫਿਰ ਪਾਣੀ ਨਿੰਦਰ ਗਿਆ, ਫਿਰ ਦਿਖਣਾ ਗਿਆ ਹਾਰ ਪਾਣੀ ਚ, ਕਹਿੰਦਾ ਕਮਾਲ ਹੈ, ਹਾਰ ਦਿਸਦਾ ਪਾਣੀ ਚ, ਹੱਥ ਨੀ ਮੇਰੇ ਆਉਂਦਾ, ਚਿੱਕੜ ਹੱਥ ਚ ਆਉਂਦਾ, ਰੇਤਾ ਹੱਥ ਚ ਆਉਂਦਾ, ਹੋਰ ਜਿਹੜੇ ਕੰਢੇ ਕੁੰਢੇ ਸੀ ਦਰਿਆ ਚ ਪਾਣੀ ਉਹ ਹੱਥ ਚ ਆਉਂਦੇ ਨੇ, ਹਾਰ ਨੀ ਹੱਥ ਚ ਆਉਂਦਾ। ਦਿਮਾਗ ਉਹਦਾ ਖਰਾਬ ਹੋ ਗਿਆ ਵੀ ਇਹ ਕੀ ਗੱਲ, ਚਲੋ ਕੋਈ ਗੱਲ ਨਹੀਂ, ਹੱਥ ਚ ਆ ਰਿਹਾ ਹਾਰ ਤਾਂ ਦਿਸਿਆ ਨਾ, ਦੱਸਦੇ ਜਾ ਕੇ ਰਾਜੇ ਦੱਸ ਦਿੰਦੇ ਆ, ਚਲਿਆ ਗਿਆ ਰਾਜੇ ਦੇ ਕੋਲੇ, ਉੱਥੇ ਸੁਨੇਹਾ ਪਾਤਾ ਵੀ ਰਾਣੀ ਦਾ ਹਾਰ ਮਿਲ ਗਿਆ, ਦਰਿਆ ਦੇ ਵਿੱਚ ਵਿਆਹ ਜਾ ਕੇ ਕਰ ਲਓ ਤੇ ਮੈਨੂੰ ਮੇਰਾ ਨਾਮ ਦਿਓ। ਰਾਜਾ ਖੁਸ਼ ਹੋ ਗਿਆ, ਰਾਜੇ ਨੇ ਨਾਲ ਆਪਣੇ ਲੈ ਲਏ ਵਰਕਰ, ਲੈ ਲਏ ਹੋਰ ਡਬੋਲੀ, ਲੈ ਲਏ ਜਿਹੜੇ ਹੋਰ ਮੰਤਰੀ, ਲੈ ਕੇ ਨਾਲ ਕਾਫੀ ਲਾਭ ਲਸ਼ਕਰ ਲੈ ਕੇ ਦਰਿਆ ਦੇ ਕੰਢੇ ਤੇ ਪਹੁੰਚ ਗਿਆ। ਤੇ ਉਹ ਗਰੀਬ ਬੰਦਾ ਕਹਿੰਦਾ ਵੀ ਉਹ ਦੇਖੋ ਸਾਹਮਣੇ ਹਾਰ ਪਿਆ। ਰਾਜਾ ਕਹਿੰਦਾ ਹਾਂ ਹਾਰ ਤਾਂ ਪਿਆ, ਪਾਣੀ ਨਿੰਦਰਿਆ ਦਿਸਦਿਆ ਵਿੱਚ ਹਾਰ, ਕਹਿੰਦਾ ਕੱਢੋ ਵੀ ਬਾਹਰ। ਉਹ ਜਿਹੜੇ ਡਬੋਲੀਏ ਸੀ ਉਹ ਚੁੱਭੀਆਂ ਮਾਰ ਮਾਰ ਕੇ ਰੇਤਾ ਬਾਹਰ ਕੱਢਣ ਸੁੱਟੀ ਜਾਂਦੇ ਨੇ, ਫਿਰ ਦਿਲੋਂ ਬੰਦ ਹੋ ਜਾਂਦਾ, ਹਾਰ ਹੀ ਨਿਕਲ ਰਿਹਾ ਵਾ, ਰੇਤਾ ਕੱਢ ਕੱਢ ਕੇ ਬਾਹਰ ਢੇਰ ਲਾ ਲੈਂਦਾ ਨੇ। ਦੁਪਹਿਰਾਂ ਪੈ ਗਈਆਂ ਨੂੰ ਥੱਕ ਕੇ ਹਾਰ ਗਏ, ਹਾਰ ਨਹੀਂ ਬਾਹਰ ਨਿਕਲਿਆ, ਮੱਥੇ ਤੇ ਹੱਥ ਮਾਰਦੇ ਨੇ ਵੀ ਇਹ ਕੀ ਹੈ, ਜਦੋਂ ਪਾਣੀ ਨਿਤਰਦਾ ਹੈ ਸਾਹਮਣੇ ਹਾਰ ਦਿਸਦਾ ਪਾਣੀ ਚ, ਅਸੀਂ ਕੱਢਦੇ ਹਾਂ ਕਿੰਨੇ ਬੰਦੇ ਦੱਸਦੇ, ਹਾਰ ਨਿਕਲ ਨਹੀਂ ਰਿਹਾ, ਪਰੇਸ਼ਾਨ ਹੋ ਗਏ, ਥੱਕ ਕੇ ਟੁੱਟ ਗਏ, ਨਿਰਾਸ਼ ਹੋ ਕੇ ਬਹਿ ਗਏ ਕੰਢੇ ਦਰਿਆ ਦੇ। ਉਧਰੋਂ ਕੋਈ ਰੱਬ ਦਾ ਪਿਆਰਾ, ਕੋਈ ਫਕੀਰ ਤੀਖਣ ਬੁੱਧੀ ਵਾਲਾ, ਉਹ ਲੰਘਿਆ ਜਾ ਰਿਹਾ ਸੀ, ਦੇਖੀ ਵੀ ਰਾਜਾ ਬੈਠਾ, ਇੰਨੇ ਲੋਕ ਨੇ, ਮੰਤਰੀ ਨੇ, ਸਿਪਾਹੀ ਨੇ, ਕਿੰਨੇ ਕੁਛ ਨੇ, ਕੀ ਬੀਬਤਾ ਪਈ ਹੈ। ਕਹਿੰਦਾ ਰਾਜੇ ਨੇ ਕੀ ਬੀਬਤਾ ਪਈ ਹੈ, ਬੜਾ ਨਿਰਾਸ਼ ਹੋਇਆ ਬੈਠਾ। ਰਾਜਾ ਕਹਿੰਦਾ ਜੀ ਕੀ ਦੱਸੀਏ, ਰਾਜਕੁਮਾਰੀ ਦਾ ਮਹਿੰਗਾ ਕੀਮਤੀ 9 ਲੱਖ ਹਾਰ ਗਵਾ ਗਿਆ ਸੀ, ਹੁਣ ਲੱਭਦਾ ਗਿਆ ਸਾਨੂੰ ਪਰ ਹੱਥ ਨਹੀਂ ਆ ਰਿਹਾ, ਦਿਸ ਰਿਹਾ ਪਰ ਹੱਥ ਨਹੀਂ ਆ ਰਿਹਾ। ਉਹ ਫਕੀਰ ਸਾਹਮਣੇ ਕਹਿੰਦਾ ਕਿੱਥੇ ਹੈ, ਕਹਿੰਦਾ ਜੀ ਉਹ ਦੇਖੋ ਸਾਹਮਣੇ ਹਾਰ ਪਿਆ।
ਉਹ ਫਕੀਰ ਨੇ ਦੇਖਿਆ ਬੜੇ ਧਿਆਨ ਨਾਲ, ਸਾਧ ਜੀ ਇਹ ਹੁਣ ਦ੍ਰਿਸ਼ਟੀ ਹੈ, ਇੱਕ ਤਾਂ ਹੈਗੀ ਸਾਡੀ ਕੁੱਤਾ ਦ੍ਰਿਸ਼ਟੀ, ਇੱਕ ਹੁੰਦੀ ਹੈ ਸ਼ੇਰ ਦ੍ਰਿਸ਼ਟੀ। ਕੁੱਤਾ ਦ੍ਰਿਸ਼ਟੀ ਕੀ ਹੁੰਦੀ ਹੈ? ਇਹ ਕੁੱਤਾ ਦ੍ਰਿਸ਼ਟੀ ਹੁੰਦੀ ਹੈ ਮਨਮੁੱਖਾਂ ਦੀ। ਕੁੱਤਾ ਦ੍ਰਿਸ਼ਟੀ ਕੀ ਹੁੰਦੀ ਹੈ? ਤੁਸੀਂ ਕੁੱਤੇ ਦੇ ਰੋੜਾ ਮਾਰੋ, ਕੁੱਤਾ ਭੱਜ ਕੇ ਰੋੜੇ ਨੂੰ ਮੂੰਹ ਚ ਪਾਊਗਾ, ਦੰਦੀ ਵੱਡੂ ਰੋੜੇ ਨੂੰ। ਤੇ ਤੁਸੀਂ ਇਹ ਹੈ ਕੁੱਤਾ ਦ੍ਰਿਸ਼ਟੀ, ਜਿਹੜੀ ਚੀਜ਼ ਮਾਰੀ ਹੈ ਉਹਨੂੰ ਚੱਕ ਮਾਰ। ਤੇ ਸ਼ੇਰ ਦ੍ਰਿਸ਼ਟੀ ਹੁੰਦੀ ਹੈ, ਤੁਸੀਂ ਸ਼ੇਰ ਦੇ ਤੁਸੀਂ ਗੋਲੀ ਮਾਰੋ, ਤੀਰ ਮਾਰੋ, ਉਹ ਤੀਰ ਨੂੰ ਨਹੀਂ ਫੜਦਾ, ਉਹ ਜਿੱਥੋਂ ਗੋਲੀ ਆਈ ਹੈ ਜਿੰਨੇ ਗੋਲੀ ਮਾਰੀ ਹੈ ਉੱਥੇ ਝਪਟਾ ਮਾਰਦਾ, ਵੀ ਇਹਨੇ ਮਾਰਿਆ। ਇਹ ਸ਼ੇਰ ਦ੍ਰਿਸ਼ਟੀ। ਕੁੱਤਾ ਦ੍ਰਿਸ਼ਟੀ ਹੈ ਦਾਤਾਂ ਨੂੰ, ਚੀਜ਼ਾਂ ਨੂੰ, ਚੀਜ਼ਾਂ ਆ ਗਈਆਂ, ਦਾਤਾਂ ਆ ਗਈਆਂ, ਜ਼ਮੀਨਾਂ ਆ ਗਈਆਂ, ਪੈਸਾ ਆ ਗਿਆ, ਹੋਰ ਪਦਾਰਥ ਆ ਗਏ, ਬਸ ਇਹੀ ਸਭ ਕੁਛ ਹੈ ਕਰਦਾ, ਉਹਨੂੰ ਚੱਕ ਮਾਰੀ ਜਾਂਦਾ। ਜਿਹੜੇ ਗੁਰਮੁਖ ਨੇ, ਗੁਰਸਿੱਖ ਨੇ, ਗੁਰੂ ਦੇ ਪਿਆਰੇ ਨੇ, ਉਹ ਸ਼ੇਰ ਦ੍ਰਿਸ਼ਟੀ, ਜਿੱਥੋਂ ਦਾਤਾਂ ਆਉਂਦੀਆਂ ਨੇ, ਦਾਤਾਂ ਆਉਂਦੀਆਂ ਕਿੱਥੋਂ ਨੇ ਕਹਿੰਦੇ? ਉਹ ਕਹਿੰਦੇ ਗੁਰੂ ਕੋਲ ਆਉਂਦੀਆਂ, ਪਰ ਉਹ ਗੁਰੂ ਵੱਲ ਜਾਂਦੇ, ਉਹ ਦਾਤਾਂ ਵੱਲ ਨਹੀਂ ਆਉਂਦੇ। ਦਾਤ ਪਿਆਰੀ ਵਿਸਿਆ ਕਰਤਾਰ ਵਾਲੀ ਗੱਲ ਨਹੀਂ ਹੈ ਉੱਥੇ, ਇਹ ਤਾਂ ਮਨਮੁੱਖਾਂ ਦੀ ਗੱਲ ਹੈ। ਦਾਤ ਪਿਆਰੀ ਵਿਸਰਿਆ ਕਰਤਾਰ, ਦੇਣ ਵਾਲਾ ਭੁੱਲ ਗਿਆ, ਦਾਤਾਂ ਯਾਦ ਰਹਿ ਗਈਆਂ, ਇਹ ਗੱਲ ਦੀ ਸਿੱਖੀ ਹੈ। ਇਹ ਤਾਂ ਮੰਗਤਾ ਵਿਅਕਤੀ ਹੈ, ਤਾਂ ਭਖਾਰੀ ਵਾਲੀ ਗੱਲ ਹੈ, ਮੰਗੀ ਜਾਂਦਾ ਮੰਗੀ ਜਾਂਦਾ। ਨਹੀਂ, ਉਹ ਤਾਂ ਦਾਤਾਂ ਦਾ ਮਾਲਕ ਗੁਰੂ ਹੈ। ਉਹ ਫਕੀਰ ਨੇ ਵੇਖਿਆ ਦ੍ਰਿਸ਼ਟੀ ਨਾਲ ਵੀ ਇਹ ਤਾਂ ਸਾਰੇ ਮੂਰਖ ਬੈਠੇ ਨੇ ਸਣੇ ਰਾਜੇ, ਇਹਨੂੰ ਪਤਾ ਹੀ ਨਹੀਂ ਹੈ ਇਸ ਚੀਜ਼ ਦਾ। ਉਹ ਕਹਿੰਦਾ ਰਾਜਨ, ਤੁਸੀਂ ਇੰਨੇ ਬੰਦੇ ਇਕੱਠੇ ਕੀਤੇ ਹੈ, ਇਹ ਤਾਂ ਇੱਕ ਬੰਦੇ ਦਾ ਕੰਮ ਹੈ, ਇਹ ਹਾਰ ਨੂੰ ਬਾਹਰ ਇਕੱਠਾ ਤਾਂ ਇੱਕ ਬੰਦੇ ਦਾ ਕੰਮ ਹੈ। ਉਹ ਰਾਜਾ ਕਹਿੰਦਾ ਅਸੀਂ ਤਾਂ ਦੁਪਹਿਰ ਪਈ ਸਾਨੂੰ ਤਾਂ ਅਸੀਂ ਲੱਗੇ ਹੋਏ, ਕਿੰਨੇ ਘੰਟੇ ਲੱਗ ਗਏ ਸਾਨੂੰ। ਉਹ ਫਕੀਰ ਨੇ ਨਿਗਾਹ ਮਾਰੀ ਉੱਪਰ ਨੂੰ, ਕਹਿਣ ਲੱਗਾ ਆਹ ਦਰਖਤ ਨਾ ਦਰਿਆ ਦੇ ਕੰਢੇ ਤੇ, ਇੱਥੇ ਇੱਕ ਬੰਦਾ ਚੜ੍ਹ ਜਾਓ, ਉਹ ਟਾਹਣੇ ਉੱਤੇ ਅਲਮ ਹੈ ਪੰਛੀ ਦਾ, ਇਹਦੇ ਦਾ ਉਸ ਅਲਮੇ ਦੇ ਥੱਲੇ ਦੇਖੋ ਹਾਰ ਲੰਘ ਰਿਹਾ, ਉਹਦਾ ਪਰਛਾਵਾਂ ਦਰਿਆ ਚ ਪੈ ਰਿਹਾ, ਹਾਰ ਦਾ ਪਰਛਾਵਾਂ ਦਰਿਆ ਚ ਪੈ ਰਿਹਾ, ਤੇ ਤੁਹਾਨੂੰ ਉਹ ਹਾਰ ਲੱਗ ਦਰਿਆ ਚ ਪਿਆ, ਤੇ ਤੁਸੀਂ ਸਵੇਰ ਦੇ ਆ ਪਾਣੀ ਤੋਂ ਰੇਤਾ ਕੱਢੀ ਜਾਂਦੇ ਹੋ, ਬਾਹਰ ਹੱਥ ਲੱਗੀ ਆ ਕੁਛ ਨਹੀਂ ਆ, ਇੱਕ ਬੰਦਾ ਚੜ੍ਹੋ, ਉਹ ਦੇਖੋ ਹਾਰ ਲੰਘ ਰਿਹਾ। ਉਹ ਦੇਖਿਆ ਸਭ ਨੇ ਉੱਪਰ ਨੂੰ, ਕਹਿੰਦੇ ਆਪਣਾ ਦਿਮਾਗੀ ਕੰਮ ਨਹੀਂ ਕੀਤਾ, ਆ ਸਾਡੀ ਬੁੱਧੀ। ਉਹ ਇੱਕ ਬੰਦਾ ਚੜ੍ਹਿਆ ਉੱਪਰ ਉਹ ਹਾਰ ਉੱਤੇ, ਕਿਉਂਕਿ ਜਿਹੜਾ ਪੰਛੀ ਹੈ, ਜਿਹੜਾ ਇਹ ਇੱਲ ਹੈ, ਇਹ ਚਮਕਦੀ ਚੀਜ਼ ਹੋਵੇ ਉਹਨੂੰ ਚੱਕ ਕੇ ਆਪਣੇ ਆਲੇ ਲੈ ਜਾਂਦੀ ਹੈ, ਕੋਈ ਕਮਲੇ ਚੱਪਦਾ ਹੋਵੇ, ਕੋਈ ਹੋਰ ਚਮਕਣ ਚੀਜ਼ ਉਹ ਚੱਕ ਕੇ ਉਹਨੂੰ ਉੱਤੇ ਲੈ ਜਾਂਦੀ ਹੈ, ਆਲੇ ਲੈ ਜਾਂਦੀ ਹੈ। ਉਹ ਕਹਿੰਦੇ ਉਹ ਕਿਤੇ ਹਾਰ ਡਿੱਗ ਪਿਆ, ਉਹ ਪੰਛੀ ਚੱਕ ਕੇ ਉੱਪਰ ਟੰਗ ਲਿਆ ਆ ਕੇ, ਉਹਦਾ ਪਰਛਾਵਾਂ ਇੱਥੇ ਪੈ ਰਿਹਾ ਦਰਿਆ ਚ, ਤੁਸੀਂ ਤੇ ਰੇਤਾ ਕੱਢੀ ਗਏ ਬਾਹਰ। ਇਹ ਇੱਕ ਦ੍ਰਿਸ਼ਟਾਂਤ ਹੈ, ਇਹ ਰੂਹਾਨੀ ਉਹਦਾ ਉਦਾਹਰਣਾਂ ਨੇ ਗ੍ਰੰਥਾਂ ਚ ਲਿਖੀਆਂ ਹੋਈਆਂ, ਕਿ ਇਹ ਮਨੁੱਖ ਨੂੰ ਪਤਾ ਹੀ ਨਹੀਂ ਹੈ ਸੁੱਖ ਕਿੱਥੇ ਹੈ, ਇਹਦੀ ਬੁੱਧੀ ਇਹਦੀ ਕੰਮ ਕਰਦੀ ਹੈ। ਇਹ ਜਿਹੜੇ ਪਾਣੀ ਨੂੰ ਲੱਭੀ ਗਏ, ਰੇਤਾ ਛਾਣੀਏ, ਰੇਤਾ ਛਾਣੀਏ, ਮਨੁੱਖ ਵੀ ਰੇਤਾ ਛਾਣੀ ਜਾਂਦਾ, ਇਹਨੂੰ ਪਤਾ ਹੀ ਨਹੀਂ ਸੁੱਖ ਕਿੱਥੇ। ਜੇ ਪੈਸੇ ਵਿੱਚ ਸੁੱਖ ਹੋਵੇ ਤਾਂ ਆਹ ਐਡੇ ਐਡੇ ਵੱਡੇ ਕਰੋੜਪਤੀ ਅਰਬਾਂਪਤੀ ਉਹਨਾਂ ਦਾ ਆਹ ਹਾਲ ਹੈ, ਕੋਟ ਜੋੜੇ ਲੱਖ ਕਰੋੜੇ ਮਨ ਨਹੀਂ ਹੋ ਰਹੇ ਪਰੇ ਪਰੇ ਗੁਰੂਜੀ ਦੇ। ਇਹ ਤਾਂ ਅੱਗ ਦੀ ਭੱਠੀ ਹੈ, ਤਾਂ ਮਾਇਆ ਦੀ ਭੱਠੀ ਹੈ, ਇਹਦੇ ਜਿੰਨਾ ਪਾਈ ਜਾਓ ਇਹ ਅੱਗ ਹੋਰ ਉੱਚੀ ਵਧੀ ਜਾਂਦੀ ਹੈ। ਸੋ ਆਪਣੇ ਕੋਲ ਇੰਨਾ ਸਮਾਂ ਨਹੀਂ ਹੈ, ਆਪਾਂ ਇੱਕ ਸ਼ਬਦਾ ਕੀਰਤਨ ਵੀ ਕਰਨਾ। ਸੋ ਸਾਨੂੰ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਭ ਤੇ ਕਿਰਪਾ ਬਖਸ਼ ਕਰਦੇ, ਉਹ ਕਹਿੰਦੇ ਭਾਈ ਰੇ ਸੁੱਖ ਸਾਧ ਸੰਗ ਪਾਇਆ, ਸੁਖ ਨਾ ਹੀ ਰੇ ਹਰ ਭਗਤ ਬਿਨਾ, ਸੁਖ ਨਹੀਂ ਹੈ, ਸੁਖ ਨਾ ਹੀ ਬਹੁਤੇ ਧਨ ਖਾਟੇ, ਸੁਖ ਨਾ ਹੀ ਪੇਖੇ ਨ੍ਰਿਤ ਨਾਟੇ, ਸੁਖ ਨਾ ਹੀ ਬਹੁ ਦੇਸ਼ ਕਮਾਏ, ਫੇਰ ਸਰਬ ਸੁਖਾ ਹਰ ਹਰ ਗੁਣ ਗਾਏ। ਜਦੋਂ ਇਹ ਪਿਆਰ ਨਾਲ ਪਰਮੇਸ਼ਰ ਦੇ ਗੁਣ ਗਾਉਂਦਾ ਹੈ, ਗੁਰੂ ਦੀ ਬਾਣੀ ਕੀ ਹੈ, ਇਹ ਗੁਣ ਨੇ ਸਾਰੇ, ਇਹ ਰੱਬ ਦੇ ਗੀਤ ਨੇ। ਉਹ ਮਹਾਰਾਜ ਕਹਿੰਦੇ ਨਾਨਕ ਭਗਤ ਪਾਰ ਪਰੈ ਜੋ ਗਾਵੈ ਪ੍ਰਭ ਕੇ ਗੀਤ, ਉਹ ਤੂੰ ਗੀਤ ਗਾਇਆ ਕਰ ਰੱਬ ਦੇ, ਤੂੰ ਰੱਬ ਦਾ ਭਜਨ ਕਰਿਆ ਕਰ, ਤੂੰ ਗੋਬਿੰਦ ਦੇ ਗੁਣ ਗਾਇਆ ਕਰ, ਤੇਰੇ ਸਾਰੇ ਕਾਰਜ ਦੁਨੀਆਂ ਦੇ ਵੀ ਦੀਨ ਦੇ ਵੀ ਤੇਰੇ ਗੁਰੂ ਮਹਾਰਾਜ ਜੀ ਕਰ ਦੇਣਗੇ, ਤੂੰ ਆਪਣਾ ਵਿਸ਼ਵਾਸ ਬਣਾ, ਭਰੋਸਾ ਬਣਾ,
गुरु घर आ विश्वास नाल आके बुलना जाया कर। दशमेश बताई आनंदपुर साहब विखे दरबार लग्या हो तो एक आ गया मत्था टेक के वापस मुड़ जाता है। महंगा नहीं है, कीर्तन नहीं सुनता, कथा नहीं सुनता, विचार नहीं सुनता, मत्था टेक के वापस गया। तो मारे देख लिया सिंह पहले भी फाड़ लो। वह आया जो मुड़ लगा कहते भाई तेन गुरु महाराज बुलाते हैं। महाराज कहते हां भी तू मत्था टेक के वापस मुड़ जाना। कहना जी मैं बह नहीं सकता, मेरा शरीर ठीक नहीं है। बहाने बड़े बनाने सारे सिंह आप बहुत बहाने बनाने। मैं जी खड़ नहीं सकता, मैं जी बह नहीं सकता, मेरे तो आ है आ है। जे कि होर ड्रामा हुंदा होवे, नाटक हुंदा होवे, जां होर कोई किसे ने सानू पैसे कुछ देना आना होवे, कहे उत्थे खर्ची मैं देना होगा, दो घंटे खड़े ढंग देखे भी पैसे देनी है, पैसे देनी है। क्यों? वह मन का प्यार पैसे नाल। महाराज कहते गुरु महाराज कहते चंगा पल तुरिया उन्हें मत्था टेक के वापस है। कहते मैं बह नहीं सकता, मेरा शरीर ठीक नहीं है जी, मेरा शरीर ठीक नहीं है जी, मैं बीमार है जी है। तो दो तीन बार कहा महाराज ने, महाराज लाल च आ गए। महाराज उठ के बाहों फड़ लिया, उन्होंने बाहों फड़ के खिंच के बाहर लाए जिथे रोगी हस्पताल से, इतने जिथे कोई रोगी दवाइया मंग रहे थे, रो रहे थे, जख्म लगे हुए थे, बीमारियां लगे हुई थी। वह कहते कि प्यार आह ना कह सकते सा शरीर ठीक ठीक नहीं है, वह तो चंगा भाग रहा फिर बहाने ना बनाया करो, बहाने ना बनाया करो, मैं ठीक नहीं है, मैं बैठ नहीं सकता। वह बैठोगे आके झोली भर के बैठोगे तो कृपा होगी। जेडे गुरसिख ने गुरमुख ने जिन्होंने जुगती है वह गुरु तो फल लै जाते हैं, दातां लै जाते हैं दीन दुनिया दियां। जेडे मनमुख ने ओ खाली रह जाते ने। महाराज कहते तू उस भगवान का उस परमेश्वर का नाम जपया कर, नाम भजया कर, डर भय छड़ दे दुनिया दे कि मैनू आ मिलू आ नहीं मिलू, तू प्यार पा गुरु नाल। किस तरह मर्ज मान Oh,
ਸਾਡੇ ਜਿਹੜੇ ਨੇ ਚਿਹਰੇ ਖਰਾਬ ਹੋ ਚੁੱਕੇ ਨੇ, ਸਾਨੂੰ ਕਾਮ ਕ੍ਰੋਧ ਲੋਭ ਉਹ ਹੰਕਾਰ ਨੇ ਬਦਸੂਰਤ ਬਣਾ ਦਿੱਤਾ ਸਾਨੂੰ, ਸਾਨੂੰ ਈਰਖਾ ਨਿੰਦਿਆ ਚੋਰੀ ਨੇ ਬਦਸੂਰਤ ਬਣਾ ਦਿੱਤਾ। ਅਸੀਂ ਡਰਦੇ ਹਾਂ ਗੁਰੂ ਸਾਹਮਣੇ ਖੜਨ ਤੋਂ, ਪਰ ਡਰਨਾ ਪਿਆ ਰਿਹਾ, ਗੁਰੂ ਬਖਸ਼ਣਹਾਰ ਹੈ, ਗੁਰੂ ਬਖਸ਼ਿਆ ਕਰਦਾ। ਸ਼ਰਨ ਪਰੇ ਅੰਤਰ ਜਾਮੀ ਨਾਨਕ ਹੋਟ ਪਕੜੀ ਪ੍ਰਭ ਸਵਾਮੀ, ਨਾਨਕ ਹੋਟ ਪਕੜੀ ਪ੍ਰਭ ਸਵਾਮੀ। ਭਜੋ ਭਗਵਾਨ, ਭਜੋ ਭਗਵਾਨ, ਪ੍ਰਸਾਦ ਆਨੰਦ ਭਿਆਵੇ ਮਾਏ ਸਤਿਗੁਰੂ ਮਹਿਮਾ।
वाहे गुरु 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 वा